ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਕਾਕੜਾ, ਤਹਿਸੀਲ ਭਵਾਨੀਗੜ੍ਹ ਅਤੇ ਜ਼ਿਲ੍ਹਾ ਸੰਗਰੂਰ। ਜੇ ਗੱਲਬਾਤ ਕਰ ਲਈ ਨਾ ਸੱਜਣੋ, ਕਹਿੰਦੇ ਪੰਜਾਬੀ ਦੇ ਮਸ਼ਹੂਰ ਲੇਖਕ ਦੇ ਪਿੰਡ ਪਹੁੰਚੇ ਹਾਂ ਸੱਜਣੋ, ਕਾਕੜੇ ਪਿੰਡ ਭਵਾਨੀਗੜ੍ਹ ਦੇ ਬਿਲਕੁਲ ਨੇੜ ਆ ਗਿਆ। ਦੋ ਮੱਝਾਂ ਦਿਖਾਵਾਂਗੇ ਬਾਈ ਕੋਲੇ, ਇੱਕ ਤਾਂ ਆ ਗਈ ਗੱਭਣਾ ਅਤੇ ਇੱਕ ਆ ਗਈ ਸੱਜਣੋ ਤਾਜ਼ੀ ਸੂਈ, ਤਕਰੀਬਨ ਕੋਈ 5-7 ਦਿਨਾਂ ਦੀ ਸੂਈ ਆ, ਅਤੇ ਬਾਕੀ ਡਿਟੇਲ ਆ ਜਿਹੜੀ ਬਾਈ ਨੂੰ ਪੁੱਛ ਲਾਂਗੇ। ਜਿਹੜਾ ਰੇਟ ਆ, ਰੇਟ ਬਾਈ ਤੋਂ ਸੱਜਣੋ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ। ਆ ਜਾਓ ਜੀ। ਹੋਰ ਕੀ ਹਾਲ ਆ ਬਾਈ? ਉਹ ਸਭ ਠੀਕ ਠਾਕ ਵੀਰੇ, ਸਭ ਚੜ੍ਹਦੀ ਪਹਿਲਾਂ ਕਲਾ? ਤਾਂ ਹਾਂ ਚੜ੍ਹਦੀ ਕਲਾ ਬਾਈ, ਚੜ੍ਹੇ ਦੇਖਤੇ ਚੰਨ ਸਾਰਿਆਂ ਨੂੰ ਬਾਈ, ਸਤਿ ਸ਼੍ਰੀ ਅਕਾਲ, ਜੈ ਪੀਰਾਂ ਦੀ, ਜੈ ਮਸਤਾਂ ਦੀ। ਨਾਮ ਤੇ ਨੰਬਰ ਬੋਲ ਦਿਓ ਜੀ। ਮੇਰਾ ਨਾਮ ਵੀਰੇ ਵਰਿੰਦਰ ਸਿੰਘ ਰਾਏ, ਪਿੰਡ ਕਾਕੜਾ। ਮੋਬਾਈਲ ਨੰਬਰ ਵੀਰੇ 7888-80-13-19। ਦੁਬਾਰੇ ਫੇਰ ਭਵਾਨੀਗੜ੍ਹ ਦੇ ਬਿਲਕੁਲ ਨੇੜੇ ਆ ਗਿਆ ਬਾਈ? ਬਿਲਕੁਲ ਵੀਰੇ, ਕਾਕੜਾ ਭਵਾਨੀਗੜ੍ਹ ਦੇ ਵਿੱਚ ਹੈ। ਠੀਕ ਹੈ ਗੱਲ। ਹਾਂਜੀ, ਕਿਹੜਾ ਨੰਬਰ ਹੋਰ ਬੋਲ ਦਿਓ? 7888-80-13-19। ਤੇ ਕੰਮ ਆਪਾਂ ਹੁਣ ਵਪਾਰ ਦੀ ਖੇੜਿਆ ਫਿਰ? ਕੰਮ ਵੀਰੇ ਹਾਂ, ਨਵੇਂ ਹੀ ਸ਼ੁਰੂ ਕਰਿਆ ਵੀਰੇ ਆਪਾਂ, ਠੀਕ ਹੈ ਗੱਲ। ਤਕਰੀਬਨ ਪਹਿਲੇ ਸ਼ੁਰੂ ਤੋਂ ਹੀ ਵੀਰੇ ਗੁਰੀ ਤੈਨੂੰ ਹੀ ਬੁਲਾਇਆ ਆਪਾਂ ਨੇ। ਠੀਕ ਹੈ ਗੱਲ, ਹੁਣੇ ਸ਼ੁਰੂ ਕਰਿਆ ਕੰਮ। ਠੀਕ ਹੈ ਗੱਲ। ਹਾਂਜੀ, ਆਮ ਅੱਜ ਤੋਂ ਕਰ ਦੀਏ ਸ਼ੁਰੂ ਫਿਰ? ਹਾਂਜੀ ਹਾਂਜੀ ਵੀਰੇ, ਆ ਤੋਂ ਕਰ ਹੋਰ ਦੇ। ਖੋਲ ਕੇ ਸੂਆ ਕਿਹੜਾ ਹੋਏ ਦਾ? ਸੂਆ ਵੀਰੇ ਕੋਈ ਤੀਜਾ ਮੰਨ ਲੇ, ਚੌਥਾ ਮੰਨ ਲੇ, ਵੈਸੇ ਤੀਜਾ ਸੂਆ ਕਹਿ ਕੇ ਦਿੱਤੇ ਜੀ ਆਪਾਂ ਨੇ। ਠੀਕ ਹੈ ਗੱਲ। ਤੇ ਇੱਧਰਲੇ ਬੰਨੇ ਤੋਰ ਦੀ, ਆ ਕੋਪ ਵਾਲੇ ਬੰਨੇ ਤੋਰ ਦੀ ਸੂਆ ਬਾਈ, ਕਹਿੰਦਾ ਤੀਜਾ ਮੰਨ ਲਓ, ਚੌਥਾ ਮੰਨ ਲਓ, ਉਹ ਤੁਹਾਡੀ ਜੱਜਮੈਂਟ ਆ। ਹਾਈਟ ਆ ਗਈ ਮੀਡੀਅਮ ਆ, ਪਰ ਸੱਜਣੋ ਇੱਕ ਗੱਲ ਆ ਵੀ ਮੱਝ ਦਾ ਜਿਹੜਾ ਚਾਮੜਾ, ਚਾਮੜਾ ਬਹੁਤ ਬਰੀਕ ਆ, ਜਿੱਡੀ ਘਾਪ ਆ, ਇਹ ਮੈਂ ਤੁਹਾਨੂੰ ਜ਼ਰੂਰ ਕਹਿ ਸਕਦਾ ਵੀ ਓਡਾ ਕੀ, ਜਿਵੇਂ ਮੈਂ ਅਕਸਰ ਕਹਿੰਦਾ ਹੁੰਦਾ ਵੀ ਓਡਾ ਕੀ ਲੇਵਾ ਬਣਾ ਦੂਗੀ ਮੱਝ। ਤੇ ਦਿਨ ਕਿੰਨੇ ਕੱਢ ਦੂ ਵਰਿੰਦਰਾ? ਦਿਨ ਵੀਰੇ ਤਕਰੀਬਨ ਲੈ ਜੂਗੀ ਵੀਰੇ, ਮੰਨ ਕੇ ਚੱਲੋ 4-5 ਦਿਨ ਤਾਂ ਲੈ ਜੂ ਵੀਰੇ। 4-5 ਦਿਨ? ਹਾਂ, ਆਰਾਮ ਨਾਲ ਲੈ ਕਿੰਨਾ ਜੂ। ਕੁ ਦੁੱਧ ਦੱਸਿਆ ਬਾਈ ਇਹਦਾ? ਦੁੱਧ ਤਾਂ ਵੀਰੇ ਉਹਨਾਂ ਨੇ ਕਿ ਆਪਾਂ ਨੂੰ 14-15 ਕਿਲੋ ਕਿਹਾ। 14-15? ਹਾਂ, ਵੀ ਆਪਾਂ ਡੰਗਰ 13 ਕਰਜੇ, 14 ਕਰਜੇ ਸੀ, ਆਪਾਂ ਝੂਠ ਨਹੀਂ ਬੋਲਦੇ ਵੀ 16 ਕਰੇ, 17 ਕਰੇ। ਠੀਕ ਹੈ ਗੱਲ। ਹਾਂ, ਵੀ ਆਪਾਂ ਨੂੰ 15 ਦਾ ਕਿਹਾ, ਉਹਨਾਂ ਨੇ 15 ਤੱਕ ਦੇ ਦੂਗੀ। ਠੀਕ ਹੈ ਗੱਲ। ਆ ਦੁੱਧ ਬਾਈ ਕਹਿੰਦਾ 14-15 ਕਿਲੋ ਦੱਸਿਆ, ਤੇ ਬਾਕੀ ਹਵਾਨੇ ਤੇ ਨਾਲੇ ਬੰਨੇ ਕਰੀ ਥੋੜਾ ਡਰਦੀ ਆ, ਵਿਊ ਕਰਕੇ ਦਿਖਾ ਦੀ, ਨਾੜਾਂ ਨੂੜਾਂ ਬਹੁਤ ਨੇ। ਤੇ ਬਾਕੀ ਝੋਣ ਚਬਾਉਣ ਦੀ ਕਿਵੇਂ ਆ ਬਾਈ? ਚਬਾਉਣ ਦੀ ਵੀ ਓਕੇ ਆ, ਓਕੇ ਜਮਾ ਓਕੇ, ਜਮੇ ਓਕੇ, ਘਰ ਤੱਕ ਦੀ ਗਰੰਟੀ ਆਪਾਂ ਨੂੰ, ਕੋਈ ਦਿੱਕਤ ਆਊਗੀ? ਠੀਕ ਹੈ ਗੱਲ। ਛਰਲਾ ਛਿੱਟਾ ਵਜਣ ਦੀ ਜ਼ਿੰਮੇਵਾਰੀ ਆਪਣੀ, ਭਾਰ ਬੋਝ ਦੀ, ਹਰੇਕ ਪੱਖ ਤੋਂ ਗਰੰਟੀ ਦਊਗੀ? ਗਰੰਟੀ ਦਊ ਵੀਰੇ, ਗਰੰਟੀ ਬਿਲਕੁਲ। ਠੀਕ ਹੈ ਗੱਲ। ਹਾਈਟ ਜਿਵੇਂ ਤੁਹਾਨੂੰ ਮੈਂ ਦੱਸਿਆ, ਹਾਈਟ ਆ ਗਈ ਮੀਡੀਅਮ ਆ, ਹੈਡ ਮੀਡੀਅਮ ਆ, ਪਰ ਚਮੜਾ ਸੱਜਣੋ ਆ ਗਿਆ ਪਤਲਾ, ਬਿਲਕੁਲ ਬਰੀਕ ਚਮੜੇ ਦੀ ਆ ਗਈ ਬਈ, ਤਕੜੀ ਝੋਟੀ ਆਈ ਹੈ ਨਾ, ਹਾਂ ਕਿਸੇ ਪੱਖੋਂ ਇਹਨੇ ਵੀ ਕਮਜ਼ੋਰ ਹੈ। ਦੁੱਧ ਉਹੀ ਗੱਲ ਆ ਵੀ ਦੁੱਧ ਜਿਵੇਂ ਬਾਈ ਨੇ ਦੱਸਿਆ ਦੁੱਧ ਹੁੰਦਾ ਸੱਜਣੋ, ਤੁਹਾਡੀ ਜੱਜਮੈਂਟ ਦੇ ਹਿਸਾਬ ਨਾਲ ਵੀ ਖਰੀਦ ਲਿਓ, ਤੇ ਬਾਕੀ ਤੁਹਾਡੀ ਸੇਵਾ ਤੇ ਡਿਪੈਂਡ, ਸੇਵਾ ਡਿਪੈਂਡ ਹੈ, ਪਰ ਲੇਵਾ ਸੋਹਣਾ ਬਣਾਊਗੀ, ਡਿਜ਼ਾਈਨ ਸੋਹਣਾ ਬਣਾਊਗੀ। ਵੀਰਾ ਥੋੜਾ ਡਰਦੀ ਹੈ ਕਿ ਕਿਸੇ ਘਰੇਲੂ ਸੱਜਣ ਦੇ ਘਰੋਂ ਬਾਈ ਲੈ ਕੇ ਆਇਆ। ਤੇ ਵਰਿੰਦਰ ਬਾਈ ਇਹਦੇ ਕਿੰਨੇ ਪੈਸੇ ਲੈ ਲਾਂਗੇ? ਇਹਦਾ ਵੀਰੇ ਆਪਾਂ ਮੁੱਲ ਤਾਂ ਚਾਹੇ ਜਿੰਨਾ ਮਰਜ਼ੀ ਕਰਾ ਲਓ, ਆਪਾਂ 97,000 ਮੁੱਲ ਕਰਿਆ ਜੀ। 97? ਹਾਂ, ਬਾਕੀ ਆਪਾਂ ਕੋਈ ਗੱਲ ਨਹੀਂ, ਬੰਦਾ ਕੋਈ ਆਊਗਾ, ਇੱਜ਼ਤ ਮਾਨ ਪੂਰੀ ਕਰਾਂਗੇ, ਮਾਫੀ ਮੁਫੀ ਕਰ ਦਾਂਗੇ, ਮਾਫੀ ਵਧੀਆ ਕਰਾਂਗੇ ਜੀ ਆਪਾਂ। ਠੀਕ ਹੈ, ਮੌਕੇ ਤੇ ਵਧੀਆ ਕਰਾਂਗੇ, ਇੱਜ਼ਤ ਮਾਨ, ਅੱਲਾ ਕਰ ਦਾਂਗੇ ਮਾਨ, ਖੁੱਲਾ ਖੁੱਲਾ ਹੀ ਖੁੱਲਾ। ਤੇ ਹੁਣ ਮਾਰ ਦੇ ਕਰੀ ਆ 2 ਨੰਬਰ ਵਾਲੀ, ਤੇ ਨਾਲ ਇਹਦੇ ਮੇਰਾ ਖਿਆਲ ਮੇਲ ਕਾਫ, ਇਹਦੇ ਨਾਲ ਮੇਲ ਕਾਫ ਵੀਰੇ। ਹਾਂਜੀ, ਅੱਕਾ ਇੱਕ ਦਿਨ ਦਾ ਸੂਆ ਹੋ ਗਿਆ ਇਹ ਵੀਰੇ, ਮੰਨ ਕੇ ਚੱਲੋ ਵੀ 5-6 ਦਿਨ ਦਾ ਸੂਆ ਜੀ ਇਹਦਾ। ਧੋਰ ਖੋਲ ਕੇ ਦੁੱਧ ਕਿੰਨਾ ਕਹਦੇ ਕੋਲੇ? ਦੁੱਧ ਵੀਰੇ ਹੁਣ ਇਸ ਟਾਈਮ ਲੀਟਰਾਂ ਚ ਕਹਦੇ ਹੋ ਜੀ 11-12, ਹਾਂਜੀ, ਜੇ ਕਿਲੋਆਂ ਚ ਕਰੀਏ ਤਾਂ 10 ਹੈ ਜੀ। ਠੀਕ ਹੈ ਗੱਲ। ਹਾਂ, ਲੀਟਰਾਂ ਚ ਬਾਈ ਕਹਿੰਦਾ ਹੈਗਾ 11-11.5-12 ਦੇ ਲਗਭਗ। ਜੇ ਆਪਾਂ ਕੰਡੇ ਵਾਲਾ ਕਰੀਏ ਜੀ 10-10.5 ਕਿਲੋ ਦੇ ਰਹੀ ਹੈ। 10-10 ਉਸੇ ਵੀਰੇ ਉੱਪਰਾ ਕਰਕੇ 2 ਦਿਨ ਤਾਂ ਆਈ ਹੈ ਨਾ ਅਜੇ। ਠੀਕ ਹੈ ਗੱਲ। ਹਾਂ, ਥੋੜਾ ਜਿਹਾ ਅਜੇ ਚਾਰੇ ਤੇ ਲੱਗੀ ਨਹੀਂ, ਥੋੜਾ ਜਿਹਾ ਹੁਣ ਲੱਗੀ ਆ ਖਾਣ ਅੱਜ। ਚੋਣ ਚਬਾਉਣ ਦੀ ਕਿਵੇਂ ਬਾਈ? ਓਕੇ ਵੀਰੇ, ਛਰਲਾ ਛਿੱਟਾ ਕੁਝ ਨਹੀਂ, ਹਜਮ ਓਕੇ ਰੁਕੋ। ਗੱਲ ਤੁਹਾਨੂੰ ਹੋਰ ਦੱਸ ਦੇਣਾ, ਜਿਹੜਾ ਚਬਾਈ ਦਾ ਸਮਾਂ ਸੱਜਣੋ, ਚਬਾਈ ਦਾ ਸਮਾਂ ਘੱਟ ਤੋਂ ਘੱਟ 2-3 ਘੰਟੇ ਪੈਂਡਿੰਗ ਨੇ। ਖਾਲੀਆਂ ਨੇ ਮੱਝਾਂ ਵੀਰੇ, ਬਿਲਕੁਲ ਖਾਲੀ ਕਰੀ ਹੋਈ ਆ ਆਪਣੀ, ਐ ਨਹੀਂ ਵੀ ਦੁੱਧ ਰੱਖਿਆ ਡੰਗਰ ਤੇ। ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ, ਕੋਈ ਬਾਜ਼ਾਰ ਵਾਲਾ ਸਿਸਟਮ ਨਹੀਂ। ਨਾ 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 ਵੀਰੇ, ਸਮਾਂ ਨਾ ਹਲੇ ਜੇ ਗੱਲ ਕਰ ਲਈਏ ਥੋੜਾ ਪੈਂਡਿੰਗ। ਸਵੇਰੇ ਵੀ ਜਮਾ ਖਾਲੀ ਕਰੀ ਹੋਈ ਆ ਜੀ, ਸ਼ਾਮ ਨੂੰ ਵੀ ਖਾਲੀ ਕਰੀ। ਸਾਰੇ ਛੱਟੇ ਵਾਲਾ ਕੰਮ ਤਾਂ ਕੰਮ ਵੀਰੇ ਬਿਲਕੁਲ ਨਹੀਂ ਜੀ, ਬੈਠੇ ਆਪਾਂ ਦੇਣਦਾਰ ਆ ਜੀ, ਕੋਈ ਭਾਰ ਬੋਝ ਵਾਲਾ ਸੀ ਨਾ। ਨਾ ਨਾ ਬਿਲਕੁਲ ਨਹੀਂ ਵੀਰੇ, ਬਿਲਕੁਲ ਵੀ 1% ਗਾਰੰਟੀ ਵੀਰੇ, 110%। ਕਿੰਨਾ ਕੁ ਦੁੱਧ ਕਰ ਸਕਦੀ ਆ 11? ਅੱਜ ਵੀਰੇ 12-13 ਕਰ ਜੂਗੀ, ਖੁਰਾਕ ਤੇ ਡਿਪੈਂਡ ਹੈ। ਠੀਕ ਹੈ। ਉਸੇ ਗੁਰੀ ਵੀਰੇ ਨੂੰ ਮੁਕਸਰ ਸਾਹਿਬ ਤੋਂ ਆਈ ਆ ਇਹ। ਠੀਕ ਹੈ। ਉਧਰ ਥੋੜਾ ਜਿਹਾ ਹਿਸਾਬ ਕੁਛ ਹੋਰ ਆ, ਥੋੜੇ ਜਿਹਾ ਉਪਰਾ ਕਰ ਗਈ ਇਹ। ਠੀਕ ਹੈ ਗੱਲ। ਉਪਰਾ ਕਰਨ ਕਰਕੇ 2 ਦਿਨ ਇਹਨੇ 1 ਦਿਨ ਕੱਖ ਨਹੀਂ ਖਾਦੇ। ਠੀਕ ਹੈ ਗੱਲ। ਤੇ ਅੱਜੇ ਲੱਗੀ ਮੜਾ ਚਾਰੇ ਤੇ ਇਹ। ਠੀਕ ਹੈ ਗੱਲ। ਸਵਾਹ ਦੀ ਠੰਡੀ ਆ ਨਾ। ਸਵਾਹ ਠੰਡੀ ਆ ਜੀ, ਸਵਾਹ ਦੀ ਕੋਈ ਦਿੱਕਤ ਨਹੀਂ। ਹਾਂ ਹਾਂ, ਕੋਈ ਦਿੱਕਤ ਨਹੀਂ।
ਐਂ ਥੱਲੀ ਬਿਠਾ ਲਈਆਂ ਜਾ ਗਈ ਦੇਖ ਭਾਈ, ਲਓ। ਕਹਿੰਦਾ ਬਿਲਕੁਲ ਠੰਡੀ ਸੀਗਾ, ਹਾਈਟ ਆ ਗਈ ਮੀਡੀਅਮ। ਸੂਆ ਕਿਹੜਾ ਹੋਊਗਾ? ਸੂਆ ਵੀਰੇ ਇਹਦਾ ਦੂਆ ਕਹਿ ਕੇ ਦਿੱਤੀ ਆਪਾਂ ਨੂੰ। ਸੂਆ ਦੂਜਾ, ਹਾਂ ਦੂਜਾ ਮੰਨ ਲਿਆ, ਤੀਜਾ ਦੂਆ ਕਹਿ ਕੇ ਦਿੱਤੀ ਆ। ਠੀਕ ਆ ਗੱਲ। ਹਾਂ ਇਹਦਾ ਰੇਟ ਕੀ ਰਹੂਗਾ? ਛੱਡਦੇ ਛੱਡਦੇ ਕੋਈ ਨੀ, ਇਹਦਾ ਵੀਰੇ ਆਪਣਾ 92,000 ਆ। 92? ਹਾਂ ਬਾਕੀ ਕਰ ਦਾਂਗੇ ਮੌਕੇ ਛੂਟ ਛਾਟ ਆਪਾਂ ਵਧੀਆ। ਠੀਕ ਆ ਗੱਲ। ਹਾਂ ਮਾਨਤਾਨ ਬਾਈ ਕਹਿੰਦਾ ਵਿੱਚੋਂ ਖੁੱਲਾ ਕਰ ਦਾਂਗੇ ਮੌਕੇ ਤੇ, ਇਹੀ ਜੀ ਗੱਲ ਨੀ। ਨੰਬਰ ਬੋਲ ਦਿਓ ਜੀ। ਬਾਕੀ ਨੰਬਰ ਵੀਰੇ 78,888 ਹਾਂਜੀ 013-19। 78,888 013-19। ਮੱਝਾਂ ਸਾਜਣੋਂ ਦੋ ਦਿਖਾਤੀਆਂ ਬਾਈ ਕੋਲੇ, ਪਿੰਡ ਕਾਕੜਾ, ਤਹਿਸੀਲ ਭਵਾਨੀਗੜ੍ਹ ਤੇ ਜ਼ਿਲ੍ਹਾ ਸੰਗਰੂਰ। ਸੰਪਰਕ ਬਾਈ ਨਾਲ ਕਰ ਲਿਓ। ਧੰਨਵਾਦ ਜੀ।